2022 ਖਤਮ ਆਉਣ ਵਾਲਾ ਅਤੇ ਅਸੀਂ ਲੈ ਕੇ ਉਹਨਾਂ ਗੀਤਾਂ ਦੇ ਲਿਸਟ ਜਿਨ੍ਹਾਂ ਦੇ ਉੱਪਰ ਆਏ ਨੇ ਇਸ ਸਾਲ ਸਭ ਤੋਂ ਜ਼ਿਆਦਾ ਵਿਊਜ਼। ਤਾਂ ਬਿਨਾਂ ਦੇਰ ਦੇ ਸ਼ੁਰੂ ਕਰਦੇ ਹਾਂ ਵੀਡੀਓ ਲੈਜੈਂਡਰੀ ਸਿੰਗਰ ਸਿੱਧੂ ਮੂਸੇਵਾਲਾ ਤੋਂ। ਤਾਂ 10ਵੇਂ ਨੰਬਰ 'ਤੇ ਹੈ ਜੀ ਨੈਵਰ ਫੋਲਡ ਗੀਤ, ਜਿਸ ਦੇ ਉੱਪਰ ਆਏ ਨੇ 8 ਕਰੋੜ ਵਿਊਜ਼, 11 ਲੱਖ ਲਾਈਕਸ ਅਤੇ 50,000 ਦੇ ਕਰੀਬ ਕਮੈਂਟਸ। ਨੌਵੇਂ ਨੰਬਰ 'ਤੇ ਅੱਜ ਕਿਸਮਤ 2 ਟਾਈਟਲ ਟਰੈਕ, ਜਿਸਨੂੰ ਗਾਇਆ ਪੀ ਪਰਾਕ ਨੇ ਅਤੇ ਇਸ ਵਿੱਚ ਫੀਚਰਿੰਗ ਹੈ ਐਮੀ ਵਿਰਕ ਦੀ। ਗੀਤ ਨੇ ਹਾਸਲ ਕੀਤੇ ਹਨ 8 ਕਰੋੜ 6 ਲੱਖ ਵਿਊਜ਼, 13 ਲੱਖ ਲਾਈਕਸ ਅਤੇ 31,000 ਕਮੈਂਟਸ। ਅੱਠਵੇਂ ਨੰਬਰ 'ਤੇ ਸੁਨਿੰਦਾ ਸ਼ਰਮਾ ਦੁਆਰਾ ਗਾਇਆ ਗੀਤ ਸਾਡੀ ਜਾ, ਜਿਸ ਨੇ ਹਾਸਲ ਕੀਤੇ ਨੇ 8 ਕਰੋੜ 90 ਲੱਖ ਵਿਊਜ਼, 5.5 ਲੱਖ ਲਾਈਕਸ ਅਤੇ 1 ਲੱਖ ਕਮੈਂਟਸ। 7ਵੇਂ ਨੰਬਰ 'ਤੇ ਜਗ੍ਹਾ ਬਣਾਈ ਕਾਕਾ ਜੀ ਦੇ ਗੀਤ ਮਿੱਟੀ ਦੇ ਟਿੱਬੇ ਨੇ। ਜੇਕਰ ਵਿਊ ਕਾਉਂਟ ਦੀ ਗੱਲ ਕਰੀਏ ਤਾਂ ਇਸ ਗੀਤ ਨੇ ਹਾਸਲ ਕੀਤੇ 10 ਕਰੋੜ 50 ਲੱਖ ਵਿਊਜ਼, 18 ਲੱਖ ਲਾਈਕਸ ਅਤੇ 31,000 ਕਮੈਂਟਸ। ਮਿੱਟੀ ਦੇ ਟਿੱਬੇ ਦੇ ਸੱਜੇ ਪਾਸੇ ਟੋਬੇ ਦੇ ਨਾਲ ਉਹ ਨਾਲ ਨੀ, ਉਹ ਬੰਦਾ ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਅਤੇ ਬੈਕ ਟੂ ਬੈਕ ਹਿੱਟ ਦੇ ਰਿਹਾ ਵਾ। ਜੀ ਹਾਂ ਦੋਸਤੋ, ਨਿਊ ਐਂਡ ਪਿਓਰ ਟੈਲੈਂਟ ਇਨ ਦੀ ਇੰਡਸਟਰੀ ਸ਼ੋਅ। ਸ਼ਬਦ ਦੇ ਗੀਤ ਨੋ ਲਵ ਨੇ ਆਪਣੀ ਮੋਸਟ ਵਿਊਡ ਸੌਂਗ ਔਰ 2020 ਲਿਸਟ ਦੇ ਵਿੱਚ ਨਾਂ ਦਰਜ ਕਰ ਲਿਆ ਹੈ ਅਤੇ 6ਵੇਂ ਨੰਬਰ 'ਤੇ ਰਹਿੰਦੇ ਹੋਏ ਇਸ ਗੀਤ ਨੇ ਹਾਸਲ ਕੀਤੇ ਨੇ 11 ਕਰੋੜ 20 ਲੱਖ ਵਿਊਜ਼, 16 ਲੱਖ ਲਾਈਕਸ ਅਤੇ 26,000 ਕਮੈਂਟਸ। ਪੰਜਵੇਂ ਨੰਬਰ 'ਤੇ ਇਹਦੀ ਜੱਜ, ਮਾਪੇ ਕਹਿੰਦੇ ਜੱਜ ਬਣਨਾ ਨਾ, ਨਹੀਂ 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 ਨਹੀਂ, ਮਨਕੀਰਤ ਔਲਕ ਦਾ ਜੱਜ ਗੀਤ, ਮਾਏ ਨਹੀਂ ਮਾਏ ਮੈਂ ਸੇ ਜੱਜ ਬਣਨਾ ਕੀ ਕਰਾਂ ਪਿਆਰ ਵੈਲੀ ਨਾਲ ਹੋ ਗਿਆ। ਇਸ ਗੀਤ ਨੇ ਹਾਸਲ ਕੀਤੇ ਨੇ 13 ਕਰੋੜ ਵਿਊਜ਼, 14 ਲੱਖ ਲਾਈਕਸ ਅਤੇ 1 ਲੱਖ ਕਮੈਂਟਸ। ਜੈਸਮੀਨ ਸੈਂਡਲਸ ਅਤੇ ਗੁਰਸਿੱਧੂ ਦੇ ਗੀਤ ਬੰਬ ਆ ਗਏ ਨੇ ਆਪਣੀ ਲਿਸਟ ਵਿੱਚ 4ਥੇ ਨੰਬਰ 'ਤੇ ਜਗ੍ਹਾ ਬਣਾਉਂਦੇ ਹੋਏ ਹਾਸਲ ਕੀਤੇ ਨੇ 13 ਕਰੋੜ 70 ਲੱਖ ਵਿਊਜ਼, 14 ਲੱਖ ਲਾਈਕਸ ਅਤੇ 38,000 ਕਮੈਂਟਸ। ਜੀ ਹਾਂ ਦੋਸਤੋ, 3 ਨੰਬਰ 'ਤੇ ਸਿੱਧੂ ਮੂਸੇਵਾਲਾ ਦਾ ਲੈਵਲ ਗੀਤ, ਜਿਸ ਨੇ ਹਾਸਲ ਕੀਤੇ ਨੇ 16 ਕਰੋੜ 60 ਲੱਖ ਵਿਊਜ਼, 33 ਲੱਖ ਲਾਈਕਸ ਅਤੇ 4 ਲੱਖ ਕਮੈਂਟਸ। ਦੂਜੇ ਨੰਬਰ 'ਤੇ ਵੀ ਕਿੰਗ ਯਾਨੀ ਕਿ ਸਿੱਧੂ ਮੂਸੇਵਾਲਾ ਦਾ ਹੀ ਗੀਤ ਹੈ ਦ ਲਾਸਟ ਰਾਈ, ਜਿਸ ਨੇ ਹਾਸਲ ਕੀਤੇ 18 ਕਰੋੜ 40 ਲੱਖ ਵਿਊਜ਼, 41 ਲੱਖ ਲਾਈਕਸ। ਲੇਕਿਨ ਕਮੈਂਟ ਇਸ ਗੀਤ ਦੇ ਉੱਪਰ ਉਹਨੇ ਨਹੀਂ ਆ ਪਾਏ ਜਿੰਨੇ ਲੈਵਲ ਗੀਤ ਦੇ ਉੱਪਰ ਆਏ। ਦ ਲਾਸਟ ਰਾਈ ਗੀਤ ਦੇ ਕਮੈਂਟਾਂ ਦੀ ਜੇ ਗਿਣਤੀ ਦੀ ਗੱਲ ਕਰੀਏ ਤਾਂ ਇਸ ਨੇ ਹਾਸਲ ਕੀਤੇ 2.5 ਲੱਖ ਕਮੈਂਟਸ। ਹਾਲਾਂਕਿ ਜੋ ਗੀਤ ਆਪਣੀ ਲਿਸਟ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆ, ਜਿਸਨੇ ਇਸ ਸਾਲ ਸਭ ਤੋਂ ਵੱਧ ਵਿਊ ਹਾਸਲ ਕੀਤੇ ਨੇ, ਲੇਕਿਨ ਉਹ ਕਮੈਂਟਾਂ ਦੇ ਮਾਮਲੇ ਦੇ ਵਿੱਚ ਸਿੱਧੂ ਨੂੰ ਪਿੱਛੇ ਨਹੀਂ ਛੱਡ ਪਾਇਆ। ਲੈਵਲ ਗੀਤ ਤਾਂ ਦੂਰ ਦੀ ਗੱਲ, ਦ ਲਾਸਟ ਰਾਈਡ ਗੀਤ ਜਿੰਨੇ ਕਮੈਂਟ ਵੀ ਇਹ ਗੀਤ ਹਾਸਲ ਨਹੀਂ ਕਰ ਪਾਇਆ। ਅਤੇ ਪਹਿਲੇ ਨੰਬਰ 'ਤੇ ਆ ਜੀ ਅਲੀ ਸੇਠੀ ਅਤੇ ਸ਼ੈ ਗਿੱਲ ਦਾ ਪਸੂਰੀ ਗੀਤ। ਇਸ ਗੀਤ ਦੇ ਉੱਪਰ ਆਏ ਨੇ 46 ਕਰੋੜ 60 ਲੱਖ ਵਿਊਜ਼, 65 ਲੱਖ ਲਾਈਕਸ ਅਤੇ 1.5 ਲੱਖ ਕਮੈਂਟਸ। ਅਤੇ ਇਹੀ ਗੀਤ ਹੈ ਇਸ ਸਾਲ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਤੇ ਸੁਣਿਆ ਜਾਣ ਵਾਲਾ ਗੀਤ। ਅਗਲਾਵਾਂ ਮਜਬੂਰੀ ਨੂੰ ਆਣ ਜਾਣ ਤੇ ਪਸੂੜੀ ਨੂੰ, ਤੇਰੇ ਨਾਲ ਜ਼ਿੰਦਗੀ ਮੇਰੀ ਜੰਨਤ ਦੀਆਂ ਸਹਿਰਾਂ ਨੇ।